ਸੋ ਹੁਣ ਅਸੀਂ ਚੱਲੇ ਹਾਂ ਜੀ ਬੂਆ ਉਹਨਾਂ ਨੂੰ ਦਰਸ਼ਨ ਕਰਾਉਣ ਵਾਸਤੇ। ਉਹ ਉੱਪਰ ਝੰਡਾ ਲੱਗਿਆ ਹੋਇਆ ਏ, ਆ ਜਾਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅੱਜ ਚੱਲੇ ਹਾਂ ਅਸੀਂ ਬੱਚਿਆਂ ਦੀ ਸ਼ਾਪਿੰਗ ਕਰਨ। ਕਿੱਥੇ ਚੱਲੇ ਆਪਾਂ? ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ 'ਚ। ਅੱਜ ਅਸੀਂ ਚੱਲੇ ਹਾਂ ਬਾਈ ਜੀ ਕੱਪੜੇ ਧੋਣ ਵਾਸਤੇ ਬੱਚਿਆਂ ਨੂੰ। ਸਰਗੁਣ ਸਾਡੀ ਲੰਬੀ ਬਹੁਤ ਹੋ ਰਹੀ ਹੈ, ਦਿਨ ਪਰ ਦਿਨ ਲੰਬੀ ਹੁੰਦੀ ਜਾ ਰਹੀ ਹੈ, ਅਤੇ ਉਹਦੇ ਸਾਰੇ ਕੱਪੜੇ ਸ਼ੋਰਟ ਹੋ ਰਹੇ ਹੈ। ਜਿਹੜੇ ਪੁਰਾਣੇ ਦਵਾਏ ਸੀਗੇ ਪਿਛਲੇ ਸਾਲ, ਉਹ ਵੀ ਸ਼ੋਰਟ ਹੋ ਗਏ। ਜਿਹੜੇ 5-6 ਮਹੀਨੇ ਮਸਾਂ ਹੀ ਕੱਢਦੇ ਆ। ਆਪਾਂ ਪਹੁੰਚ ਗਏ ਜੀ ਕ੍ਰਿਸ਼ਨਾ ਮਾਰਕੀਟ 'ਚ ਸ਼ੋਪਿੰਗ ਕਰਨ ਵਾਸਤੇ। ਮੈਂ ਤਾਂ ਅੱਜ ਨੇ ਫੌਜੀ ਵਾਲੀ ਟੀ ਸ਼ਰਟ ਸਿਲੈਕਟ ਕਰ ਲਈ। ਮੈਂ ਤਾਂ ਅੱਜ ਨੂੰ ਫੌਜ ਨਾਲ ਬਹੁਤ ਪਿਆਰ ਆ। ਆਹ ਦੇਖੋ, ਦਿਖਾਈ ਦਿਖਾ ਤਾਂ ਦੇ ਯਾਰ, ਤਾਜ ਲੈ ਮੈਨੂੰ ਫੜਾ ਦੇ, ਤੂੰ ਛੱਡ ਨਾ ਦਈ ਕਿਤੇ। ਮੈਂ ਤਾਂ ਅੱਜ ਆਪਣੀ ਸ਼ੋਪਿੰਗ ਕਰਕੇ ਆ ਗਿਆ ਵਾਪਿਸ। ਮੈਂ ਤਾਂ ਅੱਜ ਕਿਆ ਕਿਆ ਸ਼ੋਪਿੰਗ ਕਰੀ ਹੈ? ਲਓ ਜੀ, ਸ਼ੋਪਿੰਗ ਅਸੀਂ ਕਰ ਲਈਆਂ ਤੇ ਪੈਸਿਆਂ ਵੱਲੋਂ ਖਾਲੀ ਹੋ ਗਏ। ਬੱਚੇ ਖੁਸ਼ ਹੋ ਗਏ। ਆਹ ਦੇਖੋ ਆਪਣੇ ਆਪਣੇ ਇਹਨਾਂ ਨੇ ਬੈਗ ਸਾਂਭੇ ਹੋਏ ਆ। ਮੈਂ ਤਾਜ ਤਾਂ ਆਪਣੇ ਕੱਪੜਿਆਂ ਨੂੰ ਹੱਥ ਵੀ ਨਹੀਂ ਲਗਾਉਣ ਦੇਣ ਲੱਗਿਆ ਹੋਇਆ, ਆਪੇ ਲੈ ਗਿਆ। ਇੰਨਾ ਭਾਰੀ ਕੈਰੀ ਬੈਗ ਹੋ ਗਿਆ, ਬਟ ਨਹੀਂ, ਕਹਿੰਦਾ ਮੈਂ ਹੀ ਚੱਕਣਾ ਸੀਗੇ ਸਰ। ਮੈਂ ਤਾਜ ਮੈਨੂੰ ਫੜਾ ਦੇ, ਜੇ ਪਾਪਾ ਨੇ ਕਿਹਾ ਮੈਨੂੰ ਫੜਾ ਦੇ, ਫੜਿਆ ਹੀ ਨਹੀਂ। ਹੁਣ ਅਸੀਂ ਚੱਲਦੇ ਹਾਂ ਆਪਣੀ ਨਣਦ ਦੇ ਘਰੇ। ਉਹਨਾਂ ਦਾ ਘਰ ਵੀ ਨੇੜੇ ਹੀ ਹੈ ਜੀ, ਉੱਥੇ ਵਿਜ਼ਿਟ ਕਰਨਾ ਬਣਦਾ ਹੀ ਆ। ਕੁਛ ਲੈ ਲੈਂਦੇ ਹਾਂ ਇੱਥੋਂ ਫਿਰ ਚੱਲਦੇ ਹਾਂ। ਚਲੋ ਬਾਈ, ਕੇਲੇ ਕੁਲੇ ਵੀ ਲੈ ਲਏ ਅਸੀਂ। ਹਾਂਜੀ ਮਹਿਤਾਜ, ਨਿਊ ਡਰੈਸ ਮਹਿਤਾਜ ਦੀ ਟਰਾਈ ਕਰਕੇ ਦੇਖਣ ਲੱਗੇ ਆ, ਤੇ ਆਪਾਂ ਆਏ ਹੋਏ ਆ ਸਿਸਟਰ ਦੇ ਘਰੇ, ਡਰਾਮੇ ਚੱਲ ਰਹੇ ਇੱਧਰ। ਹੁਣ ਆ ਗਏ ਅਸੀਂ ਆਪਣੀ ਨਣਦ ਦੇ ਘਰ ਤੋਂ, ਤੇ ਨਾਲ ਲੈ ਆ ਲੱਸੀ। ਉਹ ਤਾਂ ਅਸੀਂ ਬੂਆ ਕੋਲੇ ਭੁੱਲ ਆਏ ਪੁੱਤਰ, ਨਵੇਂ ਤੇਰੇ ਸੂਟ ਕੱਪੜੇ ਲਿਆਂਦੇ ਤੇ ਜਿਹੜੇ ਤੇ ਪਾਏ ਹੋਏ ਤਾਂ ਹੈ ਤੇਰੇ ਫੇਵਰੇਟ, ਦੂਆ ਵੀ ਤੇਰੇ ਫੇਵਰੇਟ ਹੈ। ਔਰ ਅੰਦਰ ਹੈ ਮੰਮਾ ਕੋਲੇ ਹੈ ਤਾਜੀ, ਮੰਮਾ ਤਾਂ ਤੈਨੂੰ ਬੁੱਧੂ ਬਣਾਉਂਦੀ ਹੈ। ਉਹ ਦੇਖੋ ਬੇ ਲਫਾਫੇ 'ਚ ਬੜਾ ਮਜ਼ਾ ਆਇਆ, ਤੈਨੂੰ ਪਹਿਲਾਂ ਤੋਂ ਹੀ ਪਤਾ ਤਾ। ਲਓ ਬਈ ਮੈਂ ਤਾਜ ਤਾਂ ਆਪਣੇ ਕੱਪੜੇ ਲੈ ਕੇ ਬੈਠਿਆ ਏ ਨਾਲੇ। ਪਹੁੰਚ ਗਏ ਜੀ ਅਸੀਂ ਆਪਣੇ ਪਿੰਡ, ਤੇ ਹੁਣ ਚੱਲਦੇ ਹਾਂ ਘਰੇ। The next day. ਅੱਜ ਹੈ ਜੀ ਸੈਕਿੰਡ ਡੇ, ਤੇ ਅੱਜ ਅਸੀਂ ਚੱਲੇ ਆ ਖਰੜ ਨੂੰ, ਤੇ ਅੱਜ ਆਏ ਹੋਏ ਸੀਗੇ ਸਾਡੇ ਘਰੇ ਬੂਆ ਨੇ, ਤੇ ਅਸੀਂ ਇਹਨਾਂ ਦੇ ਨਾਲ ਨਾਲ ਹੋਲੇ ਵੀ, ਅਸੀਂ ਤਾਂ ਨਾਲੇ ਜਾਣਾ। ਮੈਂ ਫਿਰ ਨਾਲ ਨਾਲ ਹੋਲੀ, ਹੁਣ ਪਹਿਲਾਂ ਇਹਨਾਂ ਨੂੰ ਅਸੀਂ ਆਪਣਾ ਘਰ ਦਿਖਾਉਂਦੇ ਆ ਜਿਹੜਾ ਬਣ ਰਿਹਾ ਏ, ਉਸ ਤੇ ਬਾਅਦ ਫਿਰ ਖਰੜ ਨੂੰ ਗੱਡੀ ਖਿੱਚ ਲੈਣੀ ਅਸੀਂ। ਹੁਣ ਅਸੀਂ ਪਹੁੰਚ ਗਏ ਜੀ ਕਾਂਸਾ ਦੇਵੀ ਮੰਦਿਰ ਤੇ, ਬੂਆ ਉਹਨਾਂ ਨੂੰ ਦਰਸ਼ਨ ਕਰਾਉਣ ਵਾਸਤੇ ਆਏ ਆ ਅਸੀਂ। ਬਹੁਤ ਖੁਸ਼ ਹੋ ਰਹੇ ਹਾਂ ਉਰੇ ਆ ਕੇ। ਆਹ ਦੇਖੋ ਜੰਗਲ ਬੂਆ, ਆਹ ਸਾਰਾ ਜੰਗਲ ਦਾ ਏਰੀਆ ਏ, ਤੇ ਆਹ ਜੀ ਸਾਡਾ ਮੰਦਿਰ ਕਾਂਸਾ ਦੇਵੀ ਮੰਦਿਰ। ਸੋ ਹੁਣ ਅਸੀਂ ਚੱਲੇ ਹਾਂ ਜੀ ਬੂਆ ਉਹਨਾਂ ਨੂੰ ਦਰਸ਼ਨ ਕਰਾਉਣ ਵਾਸਤੇ। ਉਹ ਉੱਪਰ ਝੰਡਾ ਲੱਗਿਆ ਹੋਇਆ ਏ, ਆ ਜਾਓ।
ਬਹੁਤ ਵਧੀਆ ਬਹੁਤ ਵਧੀਆ ਖੁਸ਼ ਹੋ ਗਏ ਬੂਆ ਇਹਨਾਂ ਨੇ ਉਰੇ ਆ ਕੇ ਹਨਾ ਆ ਜੰਗਲ ਦਾ ਏਰੀਆ ਗਾ ਇਹ ਸਾਰਾ ਜੰਗਲ ਹੈ ਇਹ ਸਾਰਾ ਵਧੀਆ ਨਾ ਬੂਆ ਬਹੁਤ ਜ਼ਿਆਦਾ ਮਨ ਨੂੰ ਸਕੂਨ ਆਉਂਦਾ ਨਾ ਉਰੇ ਹਾਂਜੀ ਬੂਆ ਜੀ ਤੁਹਾਡਾ ਕੀ ਰਿਵਿਊ ਬਹੁਤ ਵਧੀਆ ਲੱਗਿਆ ਸਾਨੂੰ ਮਿੱਠਾ ਖਾ ਲਿਆ ਵੀ ਪ੍ਰਸ਼ਾਦ ਦਿੱਤਾ ਆ ਕੇ ਇੱਥੇ ਆ ਦੇਖੋ ਪੌੜੀਆਂ ਬਣੀਆਂ ਹੋਈਆਂ ਆਹੀ ਪੌੜੀਆਂ ਨੇ ਹੈਗੇ ਉੱਧਰ ਘੁੰਮ ਕੇ ਵੀ ਹੈਲੋ ਉਹ ਘੁੰਮ ਔਰ ਇਹ ਤੋਂ ਵਿਊ ਚੈੱਕ ਕਰੋ ਜੀ ਆਹ ਬੜਾ ਸੋਹਣਾ ਵਿਊ ਚੱਲਦਾ ਆ ਦੇਖੋ ਸਾਹਮਣੇ ਸੂਰਜ ਆ ਰਿਹਾ ਸੂਰਜ ਦੇ ਕਿਰਨਾਂ ਪੈ ਰਹੀਆਂ ਤਾਂ ਕਰਕੇ ਵਿਊ ਨਜ਼ਰ ਨਹੀਂ ਆ ਰਿਹਾ ਸਾਹਮਣੇ ਆ ਵਿਊ ਹੈ ਬਹੁਤ ਸੋਹਣਾ ਵਿਊ ਲੱਗ ਰਿਹਾ ਔਰ ਇਹ ਤੋਂ ਕਿੰਨਾ ਸੋਹਣਾ ਲੱਗਦਾ ਵਾਪਸ ਜਾਣ ਵਾਸਤੇ ਇੱਧਰਲਾ ਰਸਤਾ ਏ ਆਹ ਅਲੱਗ ਰਸਤਾ ਏ ਸੋ ਜੀ ਮੱਥਾ ਟੇਕ ਲਿਆ ਸੀ ਮੰਦਿਰ ਚ ਹੁਣ ਅਸੀਂ ਵਾਪਸ ਚੱਲੇ ਹਾਂ ਹੁਣ ਅਸੀਂ ਚੱਲੇ ਇਹਨਾਂ ਨੂੰ ਲੈ ਕੇ ਖਰੜ ਨੂੰ ਕੱਲ ਅਸੀਂ ਜਾਣਾ ਸੁਖਾਣਾ ਸਾਹਿਬ ਗੁਰਦੁਆਰਾ ਸਿੰਘ ਸਿੱਧਾ ਸੈਰ ਕਰ ਯਾਤਰਾ ਪੈਦਲ ਯਾਤਰਾ ਕੱਲ ਨੂੰ ਤੁਸੀਂ ਸਾਡੀ ਪੈਦਲ ਯਾਤਰਾ ਦੇਖਿਓ ਸਾਰੀ ਸੰਗਤਾਂ ਨੇ ਇਕੱਠੇ ਹੋ ਗਏ ਗੁਰਦੁਆਰਾ ਸੁਹਾਣਾ ਸਾਹਿਬ ਮੱਥਾ ਟੇਕਣ ਜਾਣਾ ਸੋ ਇਹ ਹੋ ਰਿਹਾ ਸਾਡਾ ਸਨਸੈਟ ਆਹ ਸਾਡੇ ਪਿੰਡ 'ਚ ਜੀ ਖੇਡ ਹੁੰਦੇ ਹੋਏ ਅੱਜ ਅਸੀਂ ਸਾਨੂੰ ਟਾਈਮ ਨਹੀਂ ਲੱਗਿਆ ਆ ਨਹੀਂ ਸਕੇ ਅਸੀਂ ਲੋ ਜੀ ਆਪਾਂ ਗੱਡੀ ਆਪਣੀ ਪਾਰਕ ਕਰਤੀ ਤੇ ਹੁਣ ਅੰਦਰ ਚੱਲਦੇ ਆ ਤੇ ਅੰਦਰ ਜਾ ਕੇ ਮਿਲਦੇ ਆ ਸਾਰਿਆਂ ਨੂੰ ਚੱਲ ਪਾ ਤਿਆ ਰੁੱਬਲ ਨੇ ਵੀ ਓਏ ਸੋ ਭਾਈ ਸਾਹਿਬ ਹੁਣ ਅਸੀਂ ਚੱਲੇ ਹਾਂ ਜੀ ਸੋਨੂੰ ਉਹਨਾਂ ਦੇ ਘਰੇ ਸਾਰੀ ਸੰਗਤਾਂ ਨੇ ਜਿਨ੍ਹਾਂ ਨੇ ਸਵੇਰ ਨੂੰ ਸੈਰ ਕਰਨ ਜਾਣਾ ਯਾਤਰਾ 'ਤੇ ਜਾਣਾ ਹੈ ਆਪਾਂ ਸਾਰੇ ਸੋਨੂੰ ਉਹਨਾਂ ਦੇ ਘਰੇ ਇਕੱਠੇ ਹੋਵਾਂਗੇ ਉੱਥੇ ਸੋਵਾਂਗੇ ਅੱਜ ਦੀ ਰਾਤ ਅਤੇ ਨਾਲ ਸਾਡੀ ਸੰਗਤ ਸਾਰੀ ਜਿਹੜੀ ਸਵੇਰ ਨੂੰ ਜਾਣ ਵਾਸਤੇ ਤਿਆਰ ਆ ਠੀਕ ਹੈ ਜੀ ਤਿਆਰ ਆ ਤੁਸੀਂ ਸਾਰੇ ਹਾਂਜੀ ਹਾਂ ਪੂਰੀ ਤਰ੍ਹਾਂ ਇੱਧਰ ਆਪਣਾ ਸੋਨੂੰ ਭਾਈ ਸਾਹਿਬ ਜੀ ਵੀ ਹੈਗੀ ਆ ਨਾਲ ਆਹ ਦੇਖੋ ਕਿੰਨਾ ਕਿਊਟ ਜਿਹਾ ਗੁੱਡਾ ਇਹਨਾਂ ਨੇ ਆਪਣੀ ਗੱਡੀ 'ਤੇ ਲਾਇਆ ਹੋਇਆ ਹੈ ਉਹ ਬੜਾ ਸੋਹਣਾ ਲੱਗ ਰਿਹਾ ਯਾਰ ਇਹ ਸੋ ਆਪਾਂ ਪਹੁੰਚ ਗਏ ਜੀ ਘਰੇ ਅਤੇ ਆਪਣੀ ਸਵੇਰ ਦੀ ਡਾਇਟ ਜਾਣ ਤੋਂ ਪਹਿਲਾਂ ਆਪਾਂ ਇਹ ਡਾਇਟ ਲਵਾਂਗੇ ਸਵੇਰੇ ਆਪਾਂ ਸੈਰ ਕਰਨੀ ਹੈ ਜਿਹੜੀ ਸੰਗਤਾਂ ਤਿਆਰ ਹੋ ਰਹੀਆਂ ਹੈ ਅਤੇ ਸੈਰ ਨਹੀਂ ਵੈਸੇ ਯਾਤਰਾ ਇਹ ਹੈ ਨਾ ਬੂਆ ਗੁਰਦੁਆਰਾ ਸਾਹਿਬ ਦੀ ਯਾਤਰਾ ਕਿੰਨੀ ਸੰਗਤਾਂ ਜਾਣਗੀਆਂ ਨਾਲ ਪੰਜ ਛੇ ਜਣੇ ਛੇ ਜਣੇ ਤਾਂ ਪੱਕੇ ਹੀ ਆ ਹੈ ਨਾ ਹਾਂ ਅਸੀਂ ਪਹਿਲੀ ਵਾਰੀ ਸ਼ਾਮਿਲ ਹੋਵਾਂਗੇ ਸੰਗਤਾਂ ਦੇ ਨਾਲ ਖੋਡਾ ਵਾਲੀ ਸ਼ੇਰ ਤੋਂ ਸਪੈਸ਼ਲ ਸੰਗਤਾਂ ਆਈਆਂ ਜੀ ਸੋ ਜੀ ਆਪਾਂ ਅੱਜ ਦੀ ਆਪਣੀ ਸੈਰ ਕਰ ਰਹੇ ਹਾਂ ਜੀ ਆਪਣੇ ਸਹੁਰੇ ਘਰ 'ਚ ਅਤੇ ਆਪਾਂ ਕੱਲ੍ਹ ਵਾਸਤੇ ਪ੍ਰੈਪਰੇਸ਼ਨ ਕਰ ਰਹੇ ਹਾਂ ਆਪਣੀ ਕੱਲ੍ਹ ਨੂੰ ਆਪਾਂ ਪੈਦਲ ਯਾਤਰਾ ਕਰਨੀ ਆ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਤੱਕ ਜਾਣਾ ਖਾਸੀ ਸੰਗਤਾਂ ਨੇ ਜਾਣਾ ਰਲ ਮਿਲ ਕੇ ਅਤੇ ਕੱਲ੍ਹ ਦਾ ਵਲੌਗ ਤੁਸੀਂ ਜ਼ਰੂਰ ਦੇਖਿਓ ਮੇਰਾ ਉਹ ਹੋਊਗਾ ਵੀ ਮੈਂ ਜਾ ਪਾਊਂਗੀ ਕਿ ਨਹੀਂ ਹਾਂ ਹਰਪ੍ਰੀਤ ਵਾਸਤੇ ਚੈਲੰਜ ਆ ਹਾਂ ਵੈਸੇ ਕਰ ਲੈਂਦੀ ਹੈ ਇਹ 10,000 10,12,000 ਸਟੈਪ ਤਾਂ ਕਰ ਲੈਂਦੀ ਹੈ ਇਹ ਅਤੇ ਜੀ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ ਉਮੀਦ ਤੁਹਾਨੂੰ ਵਧੀਆ ਲੱਗਿਆ ਹੋਣਾ ਅਤੇ ਮਿਲਦੇ ਹਾਂ ਜਲਦੀ ਨਵੇਂ ਕਿਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ